ਪਿੰਦਰ ਹੈ ਮੈਂ ਇਸੇ ਪਿੰਡ ਦਾ ਅਤੇ ਸਾਡਾ ਮੇਨ ਦਿੱਕਤ ਆਹੀ ਹੈ ਜੀ ਇੰਨਾ ਗੰਦ ਪੈ ਰਿਹਾ ਔਰ ਇਹ ਕਾਫੀ ਵਾਰ ਅਸੀਂ ਨੇ ਆਵਾਜ਼ ਉਠਾਈ ਹੈ ਜੀ ਕੋਈ ਇੱਥੇ ਸੁਣਵਾਈ ਨਹੀਂ ਹੋਈ ਸਾਡੀ ਆਹ ਡਸਟਬਿਨ ਵੀ ਮੈਂ ਹੀ ਰਖਵਾਇਆ ਸੀ ਜੀ ਡਸਟਬਿਨ ਭਰ ਗਿਆ ਮੈਂ ਮਿਊਂਸੀਪਲ ਕਮੇਟੀ 'ਚ ਗਿਆ ਵੀ ਸੀ ਸਪੈਸ਼ਲੀ ਦੋਸਤਾਂ ਨੂੰ ਲੈ ਕੇ ਕਿ ਉਹਨੂੰ ਖਾਲੀ ਕੀਤਾ ਜਾਵੇ ਨਹੀਂ ਆਲੇ ਦੁਆਲੇ ਗੰਦ ਜ਼ਿਆਦਾ ਪੈ ਰਿਹਾ ਜੀ ਪਰ ਕੋਈ ਖਾਲੀ ਕਰਨ ਨਹੀਂ ਆਇਆ ਉਹ ਜ਼ਰੂਰ ਆਏ ਸੀ ਇੱਕ ਦਿਨ ਇਹਨੂੰ ਆਹ ਨਾਲੀ ਸਾਫ਼ ਕਰਨ ਆਏ ਸੀ ਮੈਂ ਗੱਲ ਕਰੀ ਸੀ ਮੈਂ ਇਹਨੂੰ ਵੀ ਖਾਲੀ ਕਰ ਦਿਉ ਉਹ ਕਹਿੰਦੇ ਇਹਨੂੰ ਫੁੱਲ ਭਰ ਜਾਣ ਦਿਉ ਫਿਰ ਖਾਲੀ ਕਰਾਂਗੇ ਪਰ ਇਹ ਦੇਖ ਲਓ ਤੁਸੀਂ ਵੋਟਾਂ ਵੇਲੇ ਦਾ ਰੱਖਿਆ ਹੋਇਆ ਵੋਟਾਂ ਕਿੱਦਾਂ ਦੀ ਪਈ ਹੋਈਆਂ ਨੇ ਜੀ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਮੇਨ ਗੱਲ ਜੀ ਦਿੱਕਤ ਦੇਖੋ ਉਰੇ ਲੰਘਣ ਦੀ ਕੋਈ ਨਹੀਂ ਲੰਘ ਜਾਂਗੇ ਮੇਨ ਦਿੱਕਤ ਜੀ ਆਪਣੇ ਸਰਕਾਰੀ ਸਕੂਲ ਦੀ ਆ ਜਿਹੜੇ ਬੱਚੇ ਨੇ ਉਰੇ ਉਰੀ ਮੱਛਰ ਪੈਦਾ ਹੁੰਦੇ ਨੇ ਮਲੇਰੀਆ ਵਾਲੇ ਮੱਛਰ ਗੰਦ ਮੰਦੇ ਇੰਨਾ ਇੰਨੀਆਂ ਬਿਮਾਰੀਆਂ ਬੱਚਿਆਂ ਨੂੰ ਜਾਂਦੀਆਂ ਨੇ ਜੀ ਮੇਨ ਤਾਂ ਇੰਨਾ ਕਰਕੇ ਉਰੇ ਸਫਾਈ ਹੋਣੀ ਚਾਹੀਦੀ ਆ ਪਰ ਉਰੇ ਹੁਣ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਜੀ ਆ ਕੇ ਜ਼ਰੂਰ ਗਏ ਨੇ ਜੀ ਦੇਖ ਕੇ ਚੱਲ ਜਾਂਦੇ ਨੇ ਕੋਈ ਨਾ ਜੀ ਕੁਛ ਕਰਦਿਆਂ ਪਰ ਹਜੇ ਤੱਕ ਕੋਈ ਉਰੇ ਸਿੱਟਾ ਨਹੀਂ ਨਿਕਲਿਆ ਸਾਡਾ ਜੀ ਅਗਲੀ ਰਣਨੀਤੀ ਕੀ ਰਹੇਗੀ ਅਗਰ ਜੇ ਨਹੀਂ ਸਰਕਾਰ ਸੁਣਵਾਈ ਕਰਦੀ ਅਗਲੀ ਰਣਨੀਤੀ ਤਾਂ ਇਹੀ ਹੈ ਜੀ ਲਾ ਲਓ ਤੁਸੀਂ ਜਦੋਂ ਭਰਾ ਜੂਰੇ ਵੋਟਾਂ ਵੇਲੇ ਆਏ ਸੀ ਅਸੀਂ ਫੁੱਲ ਮੈਂ ਕੱਟੜ ਮਤਲਬ ਕਿ ਆਮ ਆਦਮੀ ਦੀ ਸਪੋਰਟ ਆਪਾਂ ਕਰੀ ਹੈ ਇੱਕ ਟੋਕ ਕੇ ਕਰੀ ਹੈ ਜੀ ਅਤੇ ਮੈਨੂੰ ਹੁਣ ਵੀ ਉਹਨਾਂ ਦਾ ਯਾਦ ਹੈ ਇੱਕ ਕਮੈਂਟ ਉਹ ਕਹਿੰਦੇ ਹੁੰਦੇ ਸੀਗੇ ਕਿ ਆਹ 5 ਦਿਨ ਤੁਸੀਂ ਮੇਰੇ ਲਈ ਜਾਗ ਲਓ ਅਗਲੇ 5 ਸਾਲ ਮੈਂ ਤੁਹਾਡੇ ਲਈ ਜਾਗੂ ਪਰ ਜਿੱਦਾਂ ਦੀ ਵੋਟਾਂ ਪਈਆਂ ਨੇ ਜਿੱਦਾਂ ਦੀ ਜਿੱਤੀ ਹੈ ਮੈਨੂੰ ਲੱਗਦਾ ਉਹ ਸੋਏ ਰਹੇ ਨੇ ਜ਼ਿਆਦਾ ਥੱਕ ਗਏ ਸੀ ਉਹ 5 ਦਿਨਾਂ 'ਚ ਪਰ ਹੁਣ ਜਦੋਂ ਆਉਣਗੇ ਜੀ ਮੈਂ ਤਾਂ ਸਿੱਧੀ ਹੀ ਗੱਲ ਆ ਜੀ ਪੂਰੀ ਕਾਲੀ ਝੰਡਿਆਂ ਨਾਲ ਉਹਨਾਂ ਦਾ ਸਵਾਗਤ ਹੋਊਗਾ ਕਦੋਂ ਮਰਜ਼ੀ ਆ ਜਾਣ ਜੀ ਅਤੇ ਅਸੀਂ ਇੰਨਾ ਕੁ ਤੰਗ ਆ ਜੀ ਕੀ ਮਸਲਾ ਜੀ ਪਾਣੀ ਦਾ ਮਸਲਾ ਜੀ ਦੇਖੋ ਸਾਰਾ ਕਈ ਵਾਰੀ ਇੱਥੇ ਸਾਡੇ ਬਾਬੂ ਜੀ ਨੇ ਆ ਫੈਕਟਰੀ ਵਾਲੇ ਲਾਉਣ ਲੱਗਦੇ ਆਰੋ ਦੀ ਫੈਕਟਰੀ ਹੈਗੀ ਇਹਨਾਂ ਨੇ ਬਹੁਤ ਵਾਰੀ ਆਪਦੇ ਪੱਲੇ ਤੋਂ ਰੂੜੀ ਚੁਕਾਈ ਸਾਰਾ ਕੂੜਾ ਚੁਕਵਾ ਦਿੰਦੇ ਨੇ ਸਾਫ਼ ਕਰਾ ਦਿੰਦੇ ਨੇ ਦੁਬਾਰੇ ਫੇਰ ਇਹ ਹੋ ਜਾਂਦਾ ਜੀ ਬਹੁਤ ਵਾਰੀ ਜਦੋਂ ਵੋਟਾਂ ਮੰਗਣ ਆਉਂਦੇ ਨੇ ਜਦੋਂ ਭਰਾ ਜੀ ਕਹਿੰਦੀ ਧੀ ਐਤਕੀ ਵਾਰ ਮੈਨੂੰ ਜਿੱਤਿਆ ਉਹ ਤੁਹਾਡਾ 1 ਮਹੀਨੇ ਤੋਂ ਬਾਅਦ ਇਹ ਹੱਲ ਹੋ ਜੂਗਾ ਦੇਖੋ ਕੋਈ ਸਾਡਾ ਹੱਲ ਨਹੀਂ ਹੋ ਰਿਹਾ ਅਸੀਂ ਪੂਰੇ ਚਿੱਕੜ ਦੇ ਵਿੱਚ ਦੀ ਲੰਘਦੇ ਹਾਂ ਨਾਲ ਲੱਗਦੇ ਸਕੂਲ ਹੈ ਸਰ ਸਾਡਾ ਇਹੀ ਮਸਲਾ ਉਹ ਪੇਟੀ ਜੀ ਲਿਆ ਕੇ 6 ਮਹੀਨੇ ਹੋ ਗਏ ਧਰਤੀ ਦੀ ਉਹ ਪਤਾ ਨਹੀਂ ਸਾਨੂੰ ਕਾਹਦੇ ਵਾਸਤੇ ਧਰੀ ਆ ਕੂੜੇ ਦੀ ਭਰੀ ਪਈ ਆ ਉਹਨੂੰ ਕੋਈ ਚੱਕਣ ਨਹੀਂ ਆਉਂਦਾ ਕੁਛ ਨਹੀਂ ਉਹਦਾ ਕਰ ਰਿਹਾ ਹੈਗਾ ਜੀ ਕੋਈ ਵੀ ਹੁਣ ਉਸ ਤੋਂ ਬਾਅਦ ਕੋਈ ਵੀ ਅਧਿਕਾਰੀ ਜਾਂ ਕੋਈ ਨਹੀਂ ਆਉਂਦਾ ਜੀ ਕੀ ਕਹਿੰਦੇ ਨੇ ਤੁਹਾਨੂੰ ਜੀ ਜਾਣੇ ਸੀ ਜਾਂਦੇ ਹੀ ਨਹੀਂ ਕਹਿ ਦਿੰਦੇ ਨੇ ਸਾਡੇ ਅੰਡਰ ਨਹੀਂ ਆਉਂਦਾ ਹੈਗਾ ਜੀ ਨਹੀਂ ਪਹਿਲਾਂ ਸਰਪੰਚ ਸੀ ਤਾਂ ਐਮਸੀ ਬਣ ਗਿਆ ਜੀ 10 ਨੰਬਰ ਵਾਰਡ ਹੈ ਜੀ ਸਾਡਾ ਕੋਈ ਸੁਣਵਾਈ ਹੋਈ ਨਹੀਂ ਕੋਈ ਸੁਣਵਾਈ ਨਹੀਂ ਜੀ ਬਹੁਤ ਵਾਰੀ ਬਾਬੂ ਜੀਆਂ ਨੇ ਅਰਜ਼ੀਆਂ ਦੇਤੀਆਂ ਅਸੀਂ ਵੀ ਨਾਲ ਲੱਗ ਕੇ ਬੋਲਿਆ ਕਿਹਾ ਜੀ ਕੋਈ ਸੁਣਨ ਨਹੀਂ ਆਉਂਦਾ ਜੀ ਪਾਣੀ ਦਾ ਦੇਖੋ ਕੀ ਹਾਲ ਹੈ ਬੁਰਾ ਹਾਲ ਹੈ ਜੀ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸਾਡਾ ਹੱਲ ਹੋਣਾ ਚਾਹੀਦਾ ਕੋਈ ਨਾ ਬਾਰਿਸ਼ ਤਾਂ ਬਹੁਤ ਮੁਸ਼ਕਿਲ